ਸਤਸੰਗ ਜੀ, ਅੱਜ ਆਪਾਂ ਸਾਰਿਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਸਹਿਜ ਪਾਠ ਦਾ ਭੋਗ ਪਾਇਆ ਹੈ। ਗੁਰੂ ਰਾਮਦਾਸ ਪਾਤਸ਼ਾਹ ਦਾ ਜਨਮ ਦਿਵਸ ਇਸ ਮਹੀਨੇ ਦੇ ਵਿੱਚ ਸਾਰੀ ਸੰਗਤਾਂ ਵੱਲੋਂ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਅਤੇ ਅੰਮ੍ਰਿਤਸਰ ਦੇ ਵਿੱਚ ਵੀ ਮਨਾਇਆ ਜਾਂਦਾ ਹੈ। ਆਓ, ਗੁਰੂ ਰਾਮਦਾਸ ਜੀ ਮਹਾਰਾਜ ਵੱਲੋਂ ਉਚਾਰਿਆ ਹੋਇਆ ਸ਼ਬਦ ਆਪਾਂ ਸਾਰੇ ਹੀ ਆਪਣੇ ਰਸਨਾਂ 'ਤੇ ਲੈ ਕੇ ਆਈਏ ਅਤੇ ਇਹਦਾ ਜਿਹੜਾ ਅੰਤਰੀ ਭਾਵ ਹੈ ਇਸ ਸ਼ਬਦ ਦਾ, ਦ ਬਿਊਟੀਫੁਲ ਮੀਨਿੰਗ ਆਫ ਦ ਸ਼ਬਦ, ਮੇ ਆਰ ਮਾਇੰਡ ਐਂਡ ਆਰ ਸੋਲ ਕੈਨ ਬੀ ਲਿਫਟਡ ਟੂ ਦੈਟ ਸਪਿਰਿਟ ਦੈਟ ਗੁਰੂ ਰਾਮਦਾਸ ਜੀ ਇਜ਼ ਟ੍ਰਾਈਂਗ ਟੂ ਪੁਆਇੰਟ ਆਊਟ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕੈ ਅਸ਼ਟਪਦੀਆਂ ਮਹੱਲਾ ਚੌਥਾ ਕਰ ਦੂਜਾ, ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਹਰ
ਹਰ ਦੇਖਣ ਕੈ ਸੁਖ ਦੇਤਾ ਤੁਝੇ ਆਰਾਧੀ ਦੁੱਖ ਵੀ ਤੁਝੇ ਦਿਆਈ ਜੇ ਸੁਖ ਦੇਤਾ ਤੁਝੇ ਦੀ ਖਾਸ ਖਾਸੀਅਤ ਇਹ ਹੈ ਕਿ ਇਟ ਇਜ਼ ਫੁੱਲ ਆਫ ਵੈਰਾਗ, ਇਟ ਇਜ਼ ਫੁੱਲ ਆਫ ਵੈਰੀ ਇਮੋਸ਼ਨਲ ਅਟੈਚਮੈਂਟ ਵਿਦ ਅ ਥੋਟ ਪ੍ਰੋਸੈਸ ਕਿ ਹਾਊ ਡੂ ਆਈ ਫਾਈਂਡ ਦ ਸੈਂਟਰ ਆਫ ਮਾਈ ਬੀਂਗ, ਹਾਊ ਡੂ ਆਈ ਕਨੈਕਟ ਡੀਪਲੀ ਵਿਦ ਦ ਕ੍ਰੀਏਟਰ ਵਿਚ ਇਜ਼ ਰਿਜ਼ਾਈਡਿੰਗ ਵਿਦ ਇਨ ਮੀ, ਹਾਊ ਡੂ ਆਈ ਫਾਈਂਡ ਦੈਟ ਅਬੋਰਡ ਆਫ ਨੈਕਟਰ ਵਿਦ ਇਨ ਮਾਈਸੈਲਫ,
ਹੂ ਕੈਨ ਗਿਵ ਮੀ ਦੈਟ ਡਿਸਕਵਰੀ, ਹੂ ਕੈਨ ਹੈਲਪ ਮੀ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿੱਚ ਆਈ, ਆਈ ਐਮ ਰੈਡੀ ਟੂ ਸੈਲ ਮਾਈ ਸੈਲਫ, ਆਈ ਕੈਨ ਪੁੱਟ ਮਾਈ ਇੰਟਾਇਰ ਲਾਈਫ ਐਟ ਸਟੇਕ ਟੂ ਫਾਈਂਡ ਦ ਰੀਅਲ ਪਰਪਸ ਆਫ ਮਾਈ ਲਾਈਫ ਐਂਡ ਟੂ ਫਾਈਂਡ ਮਾਈ ਬਿਲਵਡ, ਦਰਸ਼ਨ ਹਰ ਦੇਖਣ ਕੇ ਤਾਈਂ, ਆਈ ਹੈਵ ਅ ਡੀਪ ਡਿਜ਼ਾਇਰ ਟੂ ਹੈਵ ਦ ਸਾਈਟ ਆਫ ਮਾਈ ਬਿਲਵਡ। ਪਰ ਹੋਏਗਾ ਕੀ? ਗੁਰੂ ਸਾਹਿਬ ਜੀ ਆਪ ਹੀ ਆਂਸਰ ਦਿੰਦੇ ਨੇ, ਕਿਰਪਾ ਕਰੇ ਤਾਂ ਸਤਿਗੁਰੂ ਮੇਲੇ ਹਰ ਹਰ ਨਾਮ ਧਿਆਈ। ਦੈਟ ਇਜ਼ ਦੀ ਰਹਾਓ ਲਾਈਨ, ਵਿਚ ਇਜ਼ ਅ ਸੈਂਟਰਲ ਆਈਡੀਆ ਆਫ ਦ ਸ਼ਬਦ, ਦੈਟ ਇਟ ਇਜ਼ ਬਾਏ ਦ ਗ੍ਰੇਸ ਆਫ ਵਾਹਿਗੁਰੂ ਦੈਟ ਦ ਟਰੂ ਸਤਿਗੁਰ ਕਮਸ ਇਨ ਲਾਈਫ। ਦ ਟਰੂ ਸਤਿਗੁਰ ਫੋਰ ਅਸ ਇਜ਼ ਗੁਰੂ ਗ੍ਰੰਥ ਸਾਹਿਬ, ਐਂਡ ਫੋਰ ਟਰੂ ਸਤਿਗੁਰੂ ਇਨ ਗੁਰੂ ਰਾਮਦਾਸ ਜੀ ਲਾਈਫ ਵਾਸ ਗੁਰੂ ਅਮਰਦਾਸ ਜੀ। ਸੋ ਗੁਰੂ ਅਮਰਦਾਸ ਜੀ, ਹੀ ਸੌ 7 years old, ਹੀ ਵਾਜ਼ ਏ ਔਰਫਨ ਚਾਇਲਡ ਹੂ ਵਾਜ਼ ਨਰਚਰਡ ਬਾਈ ਹਰ ਹਿਜ਼ ਗ੍ਰੈਂਡ ਮਦਰ, ਐਂਡ ਗੁਰੂ ਅਮਰਦਾਸ ਜੀ ਵਾਜ਼ ਇਨ ਦਾ ਸੇਮ ਵਿਲੇਜ ਬਾਸਰਕੇ। ਬਾਸਰਕੇ ਪਿੰਡ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਗਲੇ ਲਗਾਇਆ ਇਸ ਅਨਾਥ ਬੱਚੇ ਨੂੰ, ਜਿਹਦਾ ਪਹਿਲਾ ਨਾਂ ਜੇਠਾ ਸੀ। ਉਸ ਬੱਚੇ ਦੇ ਜੀਵਨ ਦੇ ਵਿੱਚ ਉਹਨੂੰ ਕੀ ਪ੍ਰਾਪਤ ਕੀ ਚਾਹੀਦਾ ਸੀ? ਪਿਆਰ ਚਾਹੀਦਾ ਸੀ, ਉਹਨੂੰ ਗਾਈਡੈਂਸ ਚਾਹੀਦੀ ਸੀ, ਉਹਨੂੰ ਇੱਕ ਵਿਜ਼ਨ ਚਾਹੀਦਾ ਸੀ ਲਾਈਫ ਦਾ। ਅਤੇ ਆਪਾਂ ਕਈ ਵਾਰੀ ਉਹ ਸਾਖੀ ਦੇ ਵਿੱਚ ਇਸ ਤਰ੍ਹਾਂ ਪੇਸ਼ ਕਰਦੇ ਹਾਂ ਕਿ ਗੁਰੂ ਅਮਰਦਾਸ ਜੀ ਨੂੰ ਸ਼ਾਇਦ ਗੁਰੂ ਰਾਮਦਾਸ ਜੀ ਬਾਰੇ ਜ਼ਿਆਦਾ ਪਤਾ ਨਹੀਂ ਸੀ, ਅਤੇ ਉਹਨਾਂ ਨੇ ਕਿਹਾ ਕਿ ਮੇਰੀ ਬੇਟੀ ਲਈ ਕੋ ਵਰ ਚਾਹੀਦਾ, ਅਤੇ ਉਹ ਕਹਿੰਦੇ ਜੀ ਆ ਇਹ ਇਸ ਨਾਲ ਵਿਆਹ ਕਰ ਦਿਉ, ਇਹ ਬੰਦਾ ਚੰਗਾ ਹੈਗਾ, ਅਤੇ ਉਹ ਘੁੱਗਨੀਆਂ ਵੇਚਦੇ ਸੀ। ਅਤੇ ਐਜ਼ ਇਫ ਗੁਰੂ ਅਮਰਦਾਸ ਜੀ ਡਿਡ ਨੋਟ ਰੈਕੋਗਨਾਈਜ਼ ਦ ਗ੍ਰੇਟਨੈਸ ਆਫ ਭਾਈ ਜੇਠਾ ਜੀ। ਭਾਈ ਜੇਠਾ ਜੀ ਵਾਜ਼ ਨਰਚਰਡ ਬਾਈ ਗੁਰੂ ਅਮਰਦਾਸ ਜੀ ਸਿੰਸ ਦੀ ਏਜ ਆਫ 7। 7 ਸਾਲ ਤੋਂ ਜਿਸ ਬੱਚੇ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਗੁਰੂ ਅਮਰਦਾਸ ਜੀ ਦੇ ਮੋਢਿਆਂ 'ਤੇ ਹੋਵੇ, ਉਹਨਾਂ ਨੇ ਜ਼ਿੰਮੇਵਾਰੀ ਦੇ ਵਿੱਚ ਦੇਖਿਆ ਨਹੀਂ ਹੋਏਗਾ ਕਿ ਬੱਚੇ ਦੇ ਵਿੱਚ ਕੀ ਟਰੂ ਵੈਲਿਊ ਕੀ ਹੈ, ਇਹਦੀ ਵਰਥ ਕੀ ਹੈ, ਕਿ ਵੈਦਰ ਹੀ ਇਜ਼ ਰੀਅਲੀ ਕੇਪੇਬਲ ਆਫ ਲੀਡਿੰਗ ਦ ਨੈਕਸਟ ਜਨਰੇਸ਼ਨ ਆਫ ਦ ਸਿੱਖਸ। ਅਤੇ ਇੱਕ ਆਪਣੀ ਬੇਟੀ ਨੂੰ ਇੱਕ ਅਣਜਾਣ ਬੰਦੇ ਦੇ ਨਾਲ ਨਹੀਂ ਸੀ ਜੋੜ ਰਹੇ, ਬਲਕਿ ਉਸ ਕੇਪੇਬਲ ਇੰਡੀਵਿਜੁਅਲ ਦੇ ਨਾਲ ਜੋੜ ਰਹੇ ਸੀ, ਜਿਸ ਨੇ ਸਾਰੀ ਸਿੱਖ ਕੌਮ ਨੂੰ ਇੱਕ ਨਵਾਂ ਵਿਜ਼ਨ ਦੇਣਾ ਸੀ। ਅਤੇ ਨਵਾਂ ਵਿਜ਼ਨ ਕੀ ਸੀ? ਇਕਨੋਮਿਕ ਪਾਵਰ ਕ੍ਰੀਏਟ ਕਰਨੀ ਸੀ। ਗੁਰੂ ਰਾਮਦਾਸ ਜੀ ਇਜ਼ ਦ ਫਸਟ ਗੁਰੂ ਜਿਨ੍ਹਾਂ ਨੇ ਪਹਿਲੀ ਵਾਰ ਸਿੱਖਾਂ ਨੂੰ ਇਨਵੈਸਟਰਸ ਬਣਾਇਆ, ਸਿੱਖਾਂ ਨੂੰ ਬਿਜ਼ਨਸ ਖੋਲ੍ਹਣ ਲਈ ਪ੍ਰੇਰਿਤ ਕੀਤਾ। 52 ਕਿਸਮ ਦੇ ਜਿਹੜੇ ਬਿਜ਼ਨਸ ਲਿਆ ਕੇ ਅੰਮ੍ਰਿਤਸਰ ਸ਼ਹਿਰ ਵਸਾਇਆ, ਦੈਟ ਵਾਜ਼ ਦ ਫਸਟ ਇਕਨੋਮਿਕ ਪਾਵਰ ਆਫ ਦ ਵੈਰੀ ਇਨਫੈਂਟ ਸਿੱਖ ਕਮਿਊਨਿਟੀ ਵਿਚ ਵਾਜ਼ ਸਟਿਲ ਇਨ ਦ ਬਿਗਿਨਿੰਗ ਸਟੇਜਿਸ। ਉਸ ਗੁਰੂ ਰਾਮਦਾਸ ਜੀ ਮਹਾਰਾਜ ਦੇ ਵਿਜ਼ਨ ਨੂੰ ਆਪਾਂ ਦੇਖ ਰਹੇ ਹਾਂ। ਪਰ ਉਹ ਉਚਾਈ ਵਾਲਾ ਜੀਵਨ ਕਿੱਦਾਂ ਪੈਦਾ ਹੋਇਆ? ਉਹਦਾ ਕਾਰਨ ਇਹ ਹੈ ਕਿ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਵਾਰ ਵਾਰ ਸਾਨੂੰ ਦੱਸਿਆ ਕਿ ਅਸਲੀ ਅੰਦਰੋਂ ਵੈਰਾਗ ਪੈਦਾ ਕੀਤਾ ਜਾਵੇ। ਜਿਹੜਾ ਇਨਸਾਨ ਅੰਦਰੋਂ ਭਿੱਜਦਾ ਹੈ, ਤਰਲੇ ਮਾਰਦਾ ਹੈ ਪ੍ਰਭੂ ਦੇ ਅੱਗੇ ਕਿ ਮੈਨੂੰ ਮਿਲ, ਮੇਰੇ ਜੀਵਨ ਦੇ ਵਿੱਚ ਵੀ ਹਰਿਆਲੀ ਲੈ ਕੇ ਆ, ਅਤੇ ਮੈਂ ਜੋ ਕੁਛ ਵੀ ਤੈਨੂੰ ਕੀਮਤ ਦੇਣ ਦੀ ਲੋੜ ਹੈ ਮੈਂ ਦੇਣ ਲਈ ਤਿਆਰ ਹਾਂ, ਉਹ ਉਸ ਸਾਰੀ ਥੋਟ ਪ੍ਰੋਸੈਸ ਨੂੰ, ਉਸ ਇੱਕ ਜਿਹੜੀ ਬਿਰਹੋ ਦੇ ਵਿੱਚ ਭਿੱਜੀ ਹੋਈ ਆਤਮਾ ਜਦੋਂ ਤਰਲੇ ਲੈਂਦੀ ਹੈ, ਕਿਸ ਤਰ੍ਹਾਂ ਦੇ ਗੀਤ ਗਾਉਂਦੀ ਹੈ, ਉਹ ਇਸ ਸ਼ਬਦ ਦੇ ਵਿੱਚ ਆਪਾਂ ਸਾਰੇ ਸਰਵਣ ਕਰਾਂਗੇ। ਸ਼ਾਇਦ ਸਾਡੇ ਵਿੱਚੋਂ ਵੀ ਕਿਸੇ ਦੀ ਆਤਮਾ ਜਾਗ ਜਾਵੇ, ਸਾਡੇ ਵਿੱਚੋਂ ਵੀ ਕਿਸੇ ਨੂੰ ਅਜਿਹਾ ਪਿਆਰ ਪੈਦਾ ਹੋ ਜਾਵੇ ਕਿ ਅਸੀਂ ਵੀ ਇਹ ਗਾ ਸਕੀਏ ਕਿ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ।
ਸਾਰੇ ਰਿਪੀਟ ਕਰੋ ਜੀ। ਜੇ ਸੁਖ ਦੇਤਾ ਤੁਝੇ ਅਰਾਧੀ, ਦੁੱਖ ਵੀ ਤੁਝੇ ਤਿਆਈ। ਜੇ ਭੁੱਖ ਦੇਤਾ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਇਹ ਪ੍ਰਪੇਅਰ ਕਰ ਰਹੇ ਨੇ ਸਾਨੂੰ ਸਿੱਖਾਂ ਨੂੰ ਕਿ ਕੋਈ ਵੀ ਜਿਹੜੀਆਂ ਡਿਫੀਕਲਟੀਜ਼ ਨੇ ਲਾਈਫ ਦੀਆਂ, ਚੈਲੰਜਸ ਨੇ, ਉਹਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਕਿਸ ਤਰ੍ਹਾਂ ਪਰਮਾਤਮਾ ਦੇ ਨਾਲ ਜੋੜਨਾ ਹੈ। ਅਸੀਂ ਤਾਂ ਛੋਟੀ ਜਿਹੀ, ਸਾਡੇ ਇਮਬੈਲੈਂਸ ਕ੍ਰੀਏਟ ਹੁੰਦਾ, ਕੋਈ ਕ੍ਰਾਈਸਿਸ ਆਉਂਦੀ ਹੈ, ਵੀ ਲੂਜ਼ ਬੈਲੈਂਸ। ਅਸੀਂ ਤਾਂ ਕੁਐਸਚਨ ਕਰਨ ਲੱਗ ਜਾਂਦੇ ਕਿ ਪਰਮਾਤਮਾ ਹੈ ਵੀ ਕਿ ਨਹੀਂ ਹੈ, ਵਾਈ ਮੀ, ਮੇਰੇ ਨਾਲ ਕਿਉਂ ਧੱਕਾ ਹੋ ਰਿਹਾ ਹੈ ਪ੍ਰਭੂ। ਅਤੇ ਇੱਥੇ ਗੁਰੂ ਰਾਮਦਾਸ ਜੀ ਓਪੋਜ਼ਿਟ ਵਿਊ ਇਹ ਦੇ ਰਹੇ ਨੇ ਕਿ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਹੇ ਪ੍ਰਭੂ, ਜੇ ਮੈਨੂੰ ਅਜਿਹੀ ਸ਼ਮਤਾ ਦੇਈ, ਅਜਿਹੀ ਸ਼ਕਤੀ ਦੇਈ, ਗਿਵ ਮੀ ਸੱਚ ਪਰਸੀਵਰੈਂਸ ਦੈਟ ਆਈ ਸ਼ੁੱਡ ਬੀ ਏਬਲ ਟੂ ਕਨੈਕਟ ਵਿਦ ਯੂ ਈਵਨ ਇਨ ਦਾ ਮੋਸਟ ਡਿਫੀਕਲਟ ਮੂਮੈਂਟਸ ਆਫ ਮਾਈ ਲਾਈਫ। ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਜੇ ਭੁੱਖਾ ਵੀ ਰਹਿਣਾ ਪਵੇ ਤਾਂ ਮੇਰੇ ਮਨ ਦੇ ਵਿੱਚ ਕੰਟੈਂਟਮੈਂਟ ਫੇਰ ਵੀ ਬਣੀ ਰਹੇ, ਮੈਂ ਰੱਜਿਆ ਮਹਿਸੂਸ ਕਰਾਂ, ਦੁੱਖ ਵਿੱਚ ਸੁੱਖ ਮਨਾਏ, ਦੁੱਖ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਸੁੱਖ ਵਰਗੀ ਖੁਸ਼ੀ ਮੇਰੇ ਚਿਹਰੇ ਦੇ ਉੱਤੇ ਮੇਰੇ ਜੀਵਨ 'ਚ ਬਣੀ ਰਹੇ। ਜੇ ਭੁੱਖ ਦੇਤਾ ਇਤ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਜੇ ਭੁੱਖ ਦੇਤਾ ਇਤ ਹੀ ਰਾਜਾ, ਦੁੱਖ ਵਿੱਚ ਸੁੱਖ। ਸਾਰੇ ਗਾਓ ਜੀ। ਹਰ ਦੇਖਣ ਕਹਿਤਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਇਸ ਪਿਆਪ ਵਿਚਾਏ ਦਰਸ਼ਨ ਹਰ ਦੇਖਣ ਕਹਿਤਾਏ, ਹਰ ਦੇਖਣ ਹੁਣ ਅਖੀਰਲੀ ਜਿਹੜੀਆਂ ਦੋ ਤਿੰਨ ਲਾਈਨਾਂ ਨੇ ਦੇ, ਉਹਦੇ ਵਿੱਚ ਸਾਨੂੰ ਇੱਕ ਚੋਟੀ ਦਾ ਇੱਕ ਥੋਟ ਪ੍ਰੋਸੈਸ ਦੇ ਰਹੇ ਨੇ ਕਿ ਕਿਸ ਤਰ੍ਹਾਂ ਆਪਣੇ ਜੀਵਨ ਦੇ ਵਿੱਚੋਂ ਦ ਮੋਸਟ ਵੈਲਿਊਬਲ ਥਿੰਗ ਦੈਟ ਵੀ ਵਾਂਟ ਟੂ ਅਚੀਵ, ਵਟ ਕਾਇੰਡ ਆਫ ਪ੍ਰਾਈਸ ਵੀ ਆਰ ਵਿਲਿੰਗ ਟੂ ਗਿਵ। ਅਸੀਂ ਤਾਂ ਪਾਣੀ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਹਾਂ ਅਤੇ ਅੰਗੂਠਾ ਪਾ ਪਾ ਕੇ ਦੇਖਦੇ ਰਹਿੰਦੇ ਹਾਂ, ਵੀ ਨੈਵਰ ਡਾਈਵ ਇਨ ਟੂ, ਵੀ ਆਰ ਸੋ ਅਫਰੇਡ ਆਫ ਦੀ ਅਨਨੋਨ, ਵੀ ਡੋਂਟ ਨੋ ਵਟ ਇਜ਼ ਗੋਇੰਨਾ ਹੈਪਨ। ਜ਼ਿਆਦਾ ਭਗਤੀ ਨਾ ਕੀਤੀ ਜਾਵੇ, ਫਿਰ ਸੰਸਾਰ ਕੋਲੋਂ ਟੁੱਟ ਜਾਵਾਂਗੇ, ਪਰਿਵਾਰ ਕੋਲੋਂ ਟੁੱਟ ਜਾਵਾਂਗੇ।
ਪਰ ਗੁਰੂ ਸਾਹਿਬ ਜੀ ਨੇ ਸਾਨੂੰ ਜੋ ਥੋਟ ਪ੍ਰੋਸੈਸ ਦਿੱਤਾ, ਉਸਦੀ ਜਿਹੜੀ ਡੀਪਨੈਸ ਨੂੰ ਅਸੀਂ ਕਦੀ ਐਕਸਪੀਰੀਅੰਸ ਹੀ ਨਹੀਂ ਕਰਦੇ, ਉਸ ਚੀਜ਼ ਨੂੰ ਸਾਨੂੰ ਇੰਸਪਾਇਰ ਕਰ ਰਹੇ ਕਿ ਕੀ ਕੁਛ ਬੰਦਾ ਦੇਣ ਲਈ ਤਿਆਰ ਹੋ ਜਾਂਦਾ ਹੈ, ਜਿਹਨੂੰ ਵਾਕਈ ਪਤਾ ਲੱਗ ਜਾਂਦਾ ਕਿ ਸਪਿਰਿਚੁਅਲ ਕਨੈਕਸ਼ਨ, ਡੀਪਰ ਕਨੈਕਸ਼ਨ ਵਿਦ ਵਾਹਿਗੁਰੂ ਦੇ ਵਿੱਚ ਕੀ ਸਵਾਦ ਆਉਣਾ। ਆਪਾਂ ਸੁਣੀਏ ਅਤੇ ਨਾਲ ਸਰਵਣ ਕਰੀਏ ਅਤੇ ਨਾਲ ਗਾਈਏ ਜੀ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਇੰਟਾਇਰ ਜਿਹੜੀ ਪਰਸਨੈਲਿਟੀ ਹੈ, ਪਰਸਨਹੁੱਡ ਹੈ, ਈਗੋ ਹੈ, ਉਹਨੂੰ ਕੱਟ ਕੱਟ ਕੇ ਮੈਂ ਆਪਣੇ ਸਾਰੇ ਜੀਵਨ ਦੀ ਜਿਹੜੀ ਕਮਾਈ ਹੋਈ ਪੂੰਜੀ ਹੈ, ਪੂੰਜੀ ਕੀ ਹੁੰਦੀ ਹੈ ਸਾਡੀ ਈਗੋ, ਮਾਈ ਅਕੰਪਲਿਸ਼ਮੈਂਟਸ, ਮਾਈ ਵਰਲਡ, ਦਿਸ ਇਜ਼ ਵੋਟ ਹੂ ਆਈ ਐਮ। ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਸਾਰਾ ਕੁਛ ਸਵਾਹ ਕਰਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਭੇਂਟ ਕਰਨ ਲਈ ਤਿਆਰ ਹੋ ਜਾਵੇ ਜਿਹੜਾ ਇਨਸਾਨ, ਅਤੇ ਜਿਹੜਾ ਵਿੱਚ ਅਗਨੀ ਆਪ ਜਲਾਈ, ਉਹ ਹਰ ਅੱਗ ਦੇ ਵਿੱਚੋਂ ਲੰਘ ਕੇ ਵੀ ਪਰਮਾਤਮਾ ਦੇ ਨਾਲ ਜੁੜਨ ਲਈ ਤਿਆਰ ਹੋ ਜਾਵੇ, ਉਹਨੂੰ ਫਿਰ ਸਤਿਗੁਰੂ ਮਿਲਦਾ ਹੈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਵਿੱਚ ਅਗਨੀ ਆਪ ਜਲਾਈ, ਹਰ ਦੇਖਣ ਕੈ ਤਾਈ ਤਾਈ, ਹਰ ਦੇਖਣ ਕੈ ਤਾਈ। ਹੋ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪਿਆ ਤੁਮ ਚਾਈ, ਹਰ ਦੇਖਣ ਤਾਈ, ਹਰ ਦੇਖਣ ਕੈ ਤਾਈ। ਪੱਖਾ ਫੇਰੀ ਪਾਣੀ ਢੋ, ਆਪ ਵਿਚਾਰੇ ਦਰਸ਼ਨ
ਹਰ ਦੇਖਣ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸ੍ਰੀ ਅਕਾਲ। ਇੱਕ ਸ਼ਬਦ ਦੀ ਹਾਜ਼ਰੀ ਸੁਖਮਨ ਕੌਰ ਅਤੇ ਜਸਨੀਤ ਕੌਰ ਕਰਨਗੇ ਜੀ, ਅਤੇ ਇੱਕ ਸ਼ਬਦ ਦੀ ਹਾਜ਼ਰੀ ਡਾਕਟਰ ਰਵੀ ਸਿੰਘ।